नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को फॉलो करें। ਮਖਾ ਕਿਵੇਂ? ਕਹਿੰਦੀ ਠੀਕ ਆ, ਵੀ ਵਾਕ ਕਰਨ ਲੱਗ ਰਹੀ ਆ। ਮਖਾ ਚੱਲ ਠੀਕ ਹੈ। ਕਹਿੰਦੀ ਇਦੋਂ ਬਾਅਦ ਸੌਂ ਜੂੰਗੀ। ਮੈਂ ਕਿਹਾ ਠੀਕ ਹੈ। ਉਸ ਤੋਂ ਬਾਅਦ ਹੀ ਸਾਨੂੰ ਵਿਚੋਲਿਆਂ ਦਾ ਫੋਨ ਆਉਂਦਾ। ਮੈਂ ਮੇਰੇ ਸੌਰੀ ਸੀ, ਮੈਨੂੰ ਕੁਛ ਠੀਕ ਨਹੀਂ ਲੱਗਿਆ ਫੋਨ 'ਤੇ। ਅਸੀਂ ਥੋੜ੍ਹੇ ਟਾਈਮ 'ਚ ਹੀ ਪਹੁੰਚ ਗਏ। ਸਾਨੂੰ ਕਦੇ ਕਹਿੰਦੇ ਸੀ ਸੰਗਰੂਰ ਆ, ਕਦੇ ਕਹਿੰਦੇ ਸੀ ਸੁਨਾਮ ਆ। ਸਾਨੂੰ ਸੱਚਾਈ ਨਹੀਂ ਦੱਸੀ। ਅਸੀਂ ਸਾਰਾ ਰਸਤਾ ਪੁੱਛਦੇ ਆਏ, ਪੁੱਛਦੇ ਰਹੇ ਠੀਕ ਹੈ, ਕਹਿੰਦੇ ਠੀਕ ਹੈ। ਫਿਰ ਉਸ ਤੋਂ ਬਾਅਦ ਅਸੀਂ ਘਰੇ ਗਿਆ, ਘਰੇ ਗਵਾਂਢੀਆਂ ਨੂੰ ਆਖਿਆ ਵੀ ਇਹਨਾਂ ਦੇ ਗੇਟ ਗੂਟ ਖੋਲੋ। ਗੇਟ ਖੋਲ੍ਹ ਕੇ ਹੀ ਅਸੀਂ ਦੋਨੋਂ ਗਏ ਸੀ। ਇੱਕ ਸਾਨੂੰ ਮੁੰਡਾ ਲੈ ਕੇ ਆਇਆ ਸੀ ਕੋਈ ਗੱਡੀ 'ਚ ਉੱਥੋਂ। ਅਸੀਂ ਗੇਟ ਗੂਟ ਖਲਾਇਆ, ਸਾਨੂੰ ਜਾਂਦਿਆਂ ਸਾਰ ਨੂੰ ਪੁੱਠਾ ਬੋਲੀਆਂ। ਮੈਂ ਕੁਛ ਨਹੀਂ ਕਰਿਆ ਜੀ, ਮੈਂ ਉੱਪਰ ਚੜ੍ਹ ਕੇ ਦੇਖਿਆ ਵੀ ਉਹ ਹੈ ਨਹੀਂ, ਉਹ ਵੀ ਗੱਡੀ 'ਚ ਲੈ ਕੇ ਆ ਗਏ। ਅਸੀਂ ਉੱਪਰ ਚੜ੍ਹ ਕੇ ਦੇਖਣ ਲੱਗ ਗਏ ਵੀ ਕਿੱਥੇ, ਸਾਨੂੰ ਦਿਸਦੀ ਨਹੀਂ। ਜਦੋਂ ਸਾਨੂੰ ਦਿਸਦੀ ਨਹੀਂ ਸੀ, ਅਸੀਂ ਉੱਪਰ ਦੇਖਿਆ, ਉੱਪਰ ਸਾਨੂੰ ਮਿਲੀ ਨਹੀਂ। ਆਪ ਸਾਰਾ ਪਰਿਵਾਰ ਆ ਗਿਆ ਪਾਣੀ ਪੂਣੀ ਪੀ ਕੇ। ਅਸੀਂ ਤਾਂ ਦੇਖਦੇ ਰਹਿ ਗਏ, ਪਾਰ ਗਏ। ਸਾਨੂੰ ਅਸੀਂ ਗਵਾਂਢੀਆਂ ਨੂੰ ਪੈਰੀ ਹੱਥ ਲਾਈਏ ਵੀ ਸਾਨੂੰ ਸਾਡੀ ਕੁੜੀ ਦੱਸ ਦਿਓ ਕਿੱਥੇ ਹੈ, ਦੱਸ ਦਿਓ, ਦਵਾ ਦਿਓ ਕਿੱਥੇ ਹੈ। ਕਿਸੇ ਨੇ ਕੁਛ ਨਹੀਂ ਸੁਣਿਆ ਜੀ। ਫਿਰ ਅਸੀਂ ਪਤਾ ਨਹੀਂ ਕੌਣ ਕਹਿੰਦਾ ਗੱਡੀਆਂ ਤਾਂ ਫੋਲੋ। ਜਦੋਂ ਗੱਡੀ ਫੋਲੀ, ਗੱਡੀ ਦੇ ਵਿੱਚ ਪਈ ਸੀ ਜੀ। ਹਾਂਜੀ, ਘਰੇ ਹੀ ਗੱਡੀ ਦੇ ਵਿੱਚ ਪਈ ਸੀ। ਹਾਏ, ਤੇ ਹੁਣ ਤੁਸੀਂ ਕਿਵੇਂ, ਕੀ ਕਹਿੰਦੇ ਉਹਦਾ ਕੋਈ ਗਾਲ ਘੋਟਿਆ ਤੇ ਕੀ ਕੀਤਾ, ਕਿਵੇਂ ਗਾਲ ਘੋਟਿਆ ਹੋਇਆ ਲੱਗਿਆ ਇਹ ਸਾਨੂੰ ਉਰੋਂ। ਅੱਛਾ, ਮੈਂ ਦੇਖਿਆ ਰਾਤ ਉਰੋਂ ਆਹ ਚੀਜ਼ ਐਂ ਸੀ ਜੀ। ਬਹੁਤ ਹਿੰਮਤ ਵਾਲੀ ਸੀ ਜੀ, ਉਹ ਬਹੁਤ ਮਿਹਨਤ ਕਰਦੀ ਸੀ। ਇੰਨੀ ਪੜ੍ਹੀ ਲਿਖੀ ਖਾਤਰਾ ਨਹੀਂ ਖਾ ਸਕਦੀ, ਫਿਰ ਸਾਨੂੰ ਉਹ ਹਰ ਇੱਕ ਗੱਲ ਦੱਸਦੀ ਸੀ। ਐਡਾ ਖਾਤਰਾ ਤਾਂ ਖਾ ਹੀ ਨਹੀਂ ਸਕਦੀ। ਮਾਸੀ ਇੱਥੋਂ ਛਾਜਲੀ ਕੋਠਿਆਂ ਤੋਂ ਮਾਸੀ ਜਾ ਕੇ ਬਹੁਤ ਤੰਗ ਕਰਕੇ ਆਈ ਹੈ ਜੀ। ਪਰਸੋਂ ਭੂਆ ਇੱਥੇ ਰਹਿੰਦੀਆਂ ਸੀ, ਪਰੇਸ਼ਾਨ ਕਰਦੀਆਂ ਸੀ। ਹਫ਼ਤਾ 10 ਦਿਨ, 2 ਦਿਨ ਨਹੀਂ ਸਹੁਰੀ ਕੱਢਦੀਆਂ ਸੀ। ਹਰਪਾਲ ਜੀ, ਜਿਹੜੀ ਇਹ ਸ਼ੇਰੋਂ ਪਿੰਡ ਦੀ ਘਟਨਾ ਹੋਈ ਆ ਰਟੋਲਾਂ ਦੀ, ਉਹ ਕੁੜੀ ਦਾ ਕੀ ਕਹੋਗੇ ਇਸ ਬਾਰੇ? ਇਹ ਸਾਡੇ ਜੀ ਰਟੋਲਾਂ ਪਿੰਡ ਦੀ ਕੁੜੀ ਸੀ, ਸੰਦੀਪ ਕੌਰ, 25-26 ਸਾਲ ਏਜ ਸੀ ਕੁੜੀ ਦੀ। 5 ਕੁ ਮਹੀਨੇ ਤਕਰੀਬਨ ਪਹਿਲਾਂ ਵਿਆਹ ਹੋਇਆ ਸੀਗਾ ਆਪਣੇ ਸ਼ੇਰੋਂ ਪਿੰਡ ਦੇ ਵਿੱਚ। ਸਾਨੂੰ ਪਤਾ ਲੱਗਿਆ ਵੀ ਪਰਿਵਾਰ ਤੋਂ ਵੀ, ਪਹਿਲਾਂ ਵੀ ਪੰਚਾਇਤ 'ਚ ਜਿਵੇਂ 1-2 ਵਾਰ ਗੱਲ ਆਈ ਵੀ ਕੁੜੀ ਨੂੰ ਤੰਗ ਪਰੇਸ਼ਾਨ ਬਹੁਤ ਕਰਦੇ ਸੀਗੇ, ਦਹੇਜ ਨੂੰ ਲੈ ਕੇ, ਕੰਮਾਂ ਕਾਰਾਂ ਨੂੰ ਲੈ ਕੇ ਪਰੇਸ਼ਾਨ ਸੀਗੀ ਕੁੜੀ ਕਰੀ ਹੋਈ ਉਹਨਾਂ ਨੇ। ਤਾਂ ਹੀ ਇਹ ਘਟਨਾ ਵਾਪਰੀ ਹੈ। ਬਹੁਤ ਮੰਦਭਾਗੀ ਘਟਨਾ, ਸੋਗ ਦੀ ਲਹਿਰ ਹੈ ਸਾਡੇ ਸਾਰੇ ਇਲਾਕੇ ਦੇ ਵਿੱਚ। ਕੀ ਮੰਦ ਵੀ ਇਹ ਜੇ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ, ਇਹਦਾ ਜ਼ਿੰਮੇਵਾਰ ਸਮਾਜ ਕਿਤੇ ਨਾ ਕਿਤੇ ਹੈਗਾ ਜੀ? ਬਿਲਕੁਲ ਜੀ, ਬਹੁਤ ਮੰਦਭਾਗੀਆਂ ਘਟਨਾ ਨੇ। ਜਿਵੇਂ ਕੋਈ ਲਾਲਚ ਕਰਦਾ ਹੈ ਧੀ ਤੋਂ ਦਹੇਜ ਮੰਗਦਾ, ਇਦੋਂ ਵੱਡੀ ਮੰਦਭਾਗੀ ਘਟਨਾ ਕਿਹੜੀ ਹੋਊਗੀ? ਕਿਉਂਕਿ ਪਰਿਵਾਰਾਂ ਦਾ ਨੁਕਸਾਨ ਹੋ ਗਿਆ, ਇਹ ਬਹੁਤ ਮਾੜੀ ਘਟਨਾ ਹੋਈ ਹੈ। ਤੁਸੀਂ ਕੀ ਕਹਿਣਾ ਚਾਹੋਗੇ ਇਲਾਕਿਆਂ ਵਾਸੀਆਂ ਨੂੰ ਵੀ ਇਹੋ ਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਵਾਸਤੇ? ਅਸੀਂ ਤਾਂ ਅਪੀਲ ਕਰਦੇ ਹਾਂ ਇਲਾਕਿਆਂ ਨੂੰ ਇਹ ਚੀਜ਼ਾਂ ਤੋਂ। ਆਪਾਂ ਨੂੰ ਪਤਾ ਵੀ ਦਹੇਜ ਇੱਕ ਬਹੁਤ ਮਾੜੀ ਪ੍ਰਥਾ ਹੈ, ਵੀ ਇਹਨੂੰ ਬੰਦ ਕੀਤਾ ਜਾਵੇ। ਸਾਰੇ ਇਸ ਗੱਲ 'ਤੇ ਅਮਲ ਕਰਨ, ਤਾਂ ਹੀ ਆਪਣਾ ਸਾਰਿਆਂ ਦਾ ਜੀਵਨ ਸੌਖਾ ਰਹਿ ਸਕਦਾ। ਸ਼੍ਰੀਮਾਨ ਜੀ, ਜਿਹੜਾ ਸ਼ੇਰੋਂ ਕਾਂਡ ਹੋਇਆ, ਇਸ ਬਾਰੇ ਤੁਸੀਂ ਕੀ ਕਹੋਗੇ? ਕਿਹੜੀ ਕਿਹੜੀ ਧਾਰਾ ਲੱਗੀ ਆ ਅਤੇ ਕੀ ਕਰਿਆ ਉਹ 'ਚ ਗ੍ਰਿਫਤਾਰੀਆਂ? ਇਹ ਰਟੋਲਾਂ ਦੀ ਸੀ ਕੁੜੀ ਸੰਦੀਪ ਕੌਰ, ਇਹਦੀ ਸ਼ੇਰੋਂ ਮੈਰਿਜ ਹੋਈ ਸੀ ਦਿਲਪ੍ਰੀਤ ਸਿੰਘ ਨਾਲ, ਸਨ ਆਫ ਹਰੀ ਸਿੰਘ ਨਾਲ। ਤਾਂ ਇਹਦੀ ਮੈਰਿਜ ਨੂੰ 6 ਕੁ ਮਹੀਨੇ ਹੋਏ ਸੀ ਅਜੇ। ਤਾਂ ਇਹ ਘਰ ਦੇ ਸਹੁਰੇ ਪਰਿਵਾਰ ਤੋਂ ਟੋਰਚਰ ਤੋਂ ਤੰਗ ਹੋ ਕੇ ਇਹਨੇ ਸੁਸਾਈਡ ਕਮਿਟ ਕੀਤਾ, ਜਿਸਦੇ ਤਹਿਤ ਧਾਰਾ 304B ਡਾਊਰੀ ਡੈਥ ਲਗਾਈ ਗਈ ਹੈ। ਵੀ ਇਹਦੀ ਅੱਗੇ ਪ੍ਰੋਸੀਡਿੰਗ ਆ ਜਿਹੜੀ, ਅਤੇ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ, ਜਲਦ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ। ਇਹ ਪਰਿਵਾਰ ਦਾ ਇਲਜ਼ਾਮ ਆ ਜੀ ਕਿ ਉਹਨਾਂ ਦੀ ਵਾਈਟ ਕਰੀ ਹੈ ਕਿ ਉਹ ਕੁੜੀ ਉਹਨਾਂ ਨੇ ਮਾਰੀ ਗਈ ਆ, ਤੁਸੀਂ ਕਹਿੰਦੇ ਸੁਸਾਈਡ ਕਰਿਆ ਕੁੜੀ ਦਾ, ਇਹਦਾ ਕੀ ਤੁਸੀਂ ਹੋਊਗੀ ਜੀ? ਜਿਹੜੀ ਮੁੱਢਲੀ ਰਿਪੋਰਟ ਹੁੰਦੀ ਆ ਜਾਂ ਸਰਸਰੀ ਮੁਲਾਜ਼ਾ ਹੁੰਦਾ, ਉਸ 'ਚ ਜਿਹੜਾ ਅਸੀਂ ਇਹਦੀ ਗਲ ਦੇ ਆਲੇ ਦੁਆਲੇ ਨਿਸ਼ਾਨ ਦੇਖੇ ਨੇ, ਉਹ ਹੈਂਗਿੰਗ ਹੈ, ਹੈਂਗਿੰਗ ਦੇ ਮੁੱਢਲੇ ਸਾਡੀ ਦੇਖ ਜਿਹੜੀ ਇੱਕ ਨਜ਼ਰੀ ਹੁੰਦੀ ਹੈ। ਬਾਕੀ ਡਾਕਟਰ ਸਾਹਿਬ ਨੇ ਦੱਸ ਦੇਣਾ ਜੇ ਉਹਨਾਂ ਨੇ ਲਿਖਿਆ ਰਿਪੋਰਟ 'ਚ ਕੋਈ ਵੀ ਇਹ ਮਾਰੀ ਹੋਈ ਹੈ ਵੀ ਫਿਰ ਲਟਕਾਈ ਗਈ ਹੈ, ਫਿਰ 302 ਦਾ ਵਾਧਾ ਹੋ ਜੂਗਾ ਜੀ, ਨਹੀਂ ਤਾਂ 304 ਵੀ ਸਫੀਸ਼ੀਐਂਟ ਹੈ ਇਹਦੇ 'ਚ ਧਾਰਾ। ਗ੍ਰਿਫਤਾਰੀਆਂ ਕਿੰਨੀਆਂ ਹੋ ਗਈਆਂ ਜੀ? 2।